बिस्मिल्लाह रहमान रहीम, अस्सलाम वालेकुम, वेलकम टू बिजनेस टॉक ऑफिशियल। तो जी तो दोस्तों, आज हम पहुँचे हैं राय याकूब जवेद साहब के पास। तो माशाल्लाह तकरीबन 38 से 40 गबन जोटियाँ इनके पास खड़ी मौजूद। अभी आपके सामने कैमरा मैन आपको ये आपके सामने दिखा रहा है, मुकम्मल एक एक करके जोटी दिखाएंगे इंशाल्लाह, और इनके रेट्स जानेंगे आगे 4 माह 3 माह या 2 माह की गबन जोटी कितने वज़न की और कितने तक बन जाती। तो मज़ीद इंफॉर्मेशन लेते हैं, उससे पहले जो भाई चैनल पर नए चैनल को कर लें सब्सक्राइब और वीडियो को कर लें लाइक। तो जो भाई गबन जोटियां ख़रीदना चाहते हैं, ऊपर स्क्रीन पे भाई जवेद का नंबर आ रहा है, तो उनसे रब्ता करें, आपको इंशाल्लाह 24 घंटे सर्विस मिलेगी। और इसके अलावा तफसीलात जानते हैं भाई से, चलते हैं उनके पास। वालेकुम सलाम वीर जी, की हाल है? अल्लाह पाक दा सान तू सुनाओ जी। अल्हम्दुलिल्लाह तबीयत से ठीक है। अल्लाह पाक दा बड़ा सान है, तू सुनाओ जी। अल्हम्दुलिल्लाह। सब तो पहला अपना नाम और एड्रेस दसो। नाम मेरा राय याकूब जवेद है, जिला सदर ननकाना साहब, ननकाना साहब से 16 किलोमीटर पीछे जसलानी रोड रोड दे उत्ते ही अपना फार्म है। एड्रेस मोटर वे कोई लगती नेड़े? मुल्तान वाली मोटर वे लगती, ननकाना इंटरचेंज लवो, लोरू आओ ननकाना इंटरचेंज लवो। हां जी, ओ तू बाईपास आओ, बाईपास तो जिंदे मर्जी पे जसलानी मुड़ जांदा। और अगर मेरा भाई फैसलाबाद लो आंदा, सियालकोट तो ना कुछ नाले आंदा, शेखपुरा रोड जेडी फैसलाबाद रोड है। हां जी, फरोग शेखपुरा 22 किलोमीटर फरोग है, फरोग 8 किलोमीटर है जसलानी। नंबर की मेरे भाई दा 0304 3428799। 3428799। आज माशाल्लाह कितने जानवर लेके आए? 40-42 जोटियां माशाल्लाह मौजूद ने। सारियां गबना, सारियां गबना माशाल्लाह। किन्ने के महीने दे लाके, किन्ने तक? ए अपने को लाण जी 2 महीने तो लाके 6 महीने, 2 महीने तो लाया ते 6 महीने, 6 महीने तक। वजन दा की रेट है? वजन 380 रुपए किलो। किन्ने महीने तो लाया ते किन्ने महीने तक? 4 महीने तक। ए पहले यानी के 4 महीने तक लाके 4 महीने तक 380। हां जी, जेडी 4 महीने उत्ते टप्पे के 410 रुपए। ਤੇ ਹੋਮ ਡਿਲੀਵਰੀ? ਹੋਮ ਡਿਲੀਵਰੀ 6 ਦੇ 150 ਕਿਲੋਮੀਟਰ ਤੇ ਕਰ ਜੀ, 12 ਦੀ ਪਾਕਿਸਤਾਨ, 12 ਦੀ ਪੂਰਾ ਪਾਕਿਸਤਾਨ, ਪੂਰਾ ਪਾਕਿਸਤਾਨ। ਮਾਸ਼ਾਅੱਲਾ ਜੀ, ਬੜੀ ਖੁਸ਼ੀ ਹੋਈ ਜੀ ਰਾਏ ਸਾਹਿਬ, ਆਗਾਜ਼ ਕਰੀਏ ਮਾਸ਼ਾਅੱਲਾ। ਅੱਜ ਤਾਂ ਟੋਟੀਆਂ ਵੱਧ ਤੋਂ ਵੱਧ ਲੈ ਕੇ ਆਏ ਜੇ, ਸ਼ੌਕ ਆਏ ਜੇ ਮੁਕੰਮਲ ਮਾਸ਼ਾਅੱਲਾ। ਪ੍ਰਾਵਾਂ ਦੇ ਮੁਕੰਮਲ ਹੀ ਪ੍ਰਾਵਾਂ ਦੇ ਤੁਸੀਂ ਬੁੱਕ ਚੈੱਕ ਕਰਾਓ ਮਾਸ਼ਾਅੱਲਾ ਜੀ, ਚੈੱਕ ਕਰੋ। ਕੀ ਬਾਤ ਹੈ, ਨੀਲੀ ਰਾਵੀ ਦੀ ਕੱਦ ਬੋਤੇ ਨਾਲ ਚੈੱਕ ਕਰੋ, ਕੱਪੜਾ ਚੈੱਕ ਕਰਾਓ ਮਾਸ਼ਾਅੱਲਾ। ਚੈੱਕ ਕਰੋ ਜੀ, ਪਸ਼ਮ ਚੈੱਕ ਕਰ ਲਓ, ਆ ਚੈੱਕ ਕਰੋ ਜੀ ਮਾਸ਼ਾਅੱਲਾ। ਕੱਦ ਕਾਟ ਵਾਲੀ ਹੈ ਮਾਸ਼ਾਅੱਲਾ ਜੀ, ਆ ਚੈੱਕ ਕਰੋ ਮਾਸ਼ਾਅੱਲਾ। ਥਣ ਵੀ ਚੈੱਕ ਕਰੋ, ਪੁੱਠਾ ਚੈੱਕ ਕਰ ਲਓ, ਵੇਲ ਚੈੱਕ ਕਰੋ ਮਾਸ਼ਾਅੱਲਾ। ਇਹ ਤਾਂ ਦੂਜੀ ਜੋੜੀ ਨੰਬਰ 2 ਮਾਸ਼ਾਅੱਲਾ, ਇਹ ਵੀ ਚੈੱਕ ਕਰੋ। ਸਭ ਨਾਲ ਵੱਡੀ ਗੱਲ ਹੈ ਕਿ ਮੂੰਹ ਦੋਂਦੀਆਂ ਨੇ, ਮੂੰਹ ਦੋਂਦੀਆਂ ਦੋਵੇਂ ਦੋਂਦੀਆਂ ਨੇ। ਕੀ ਬਾਤ ਹੈ ਜੀ ਰਾਜ ਸਾਹਿਬ, ਅੱਜ ਤਾਂ ਸਭ ਨਾਲ ਵੱਡੀ ਗੱਲ ਤੇ ਕਾਟੇ ਨਾਲ ਚੈੱਕ ਕਰਾਓ ਮੇਰੇ ਭਰਾਵਾਂ ਨੂੰ, ਹਾਂ, ਤੇ ਬੋਹ ਨਾਲ ਲੈਂਥ ਚੈੱਕ ਕਰਾਓ ਮਾਸ਼ਾਅੱਲਾ ਜੀ। ਆ ਚੈੱਕ ਕਰੋ ਜੀ, ਮੈਂ ਪਿੱਛੇ ਹੋ ਕੇ ਆ ਚੈੱਕ ਕਰਵਾ ਰਿਹਾ ਜੀ, ਅਸਲੀ ਕਰੋ ਜੀ, ਕਰ ਲਓ ਸ਼ੌਕ ਜੀ ਮਾਸ਼ਾਅੱਲਾ। ਹੁਣ ਮੈਂ ਪਿੱਛੇ ਮੈਂ ਵਿਖਾ ਸਕਦਾ ਜੀ? ਨਹੀਂ, ਕਿਉਂ ਨਹੀਂ ਵਿਖਾਓ, ਤਾਂ ਕਿ ਮੇਰੇ ਦੋਸਤ ਰਾਤ ਵੀ ਸ਼ੌਕ ਪੂਰਾ ਕਰਨ ਮਾਸ਼ਾਅੱਲਾ ਜੀ। ਇਹ ਚੈੱਕ ਕਰੋ, ਥਣ ਬਿਰਲਾ ਪਈ ਹੋਈ ਹੈ ਥਣਾਂ 'ਚ, ਕੋਈ ਮਸਲਾ ਮਸਾਇਲ? ਦੋਵੇਂ ਛੋਟੇ ਦੋ ਝੁੱਟੀਆਂ ਨੂੰ ਥੱਲਾ ਚੈੱਕ ਕਰਾਓ, ਕਰਾਤਾ ਜੀ, ਬਾਅਦ 'ਚ ਮੂੰਹ ਮੈਂ ਚੈੱਕ ਕਰਾਉਣਾ। ਅੱਛਾ, ਹੁਣ ਤੁਸੀਂ ਤਸੱਲੀ ਕਰਾਓ, ਬਾਅਦ ਦਫਾ ਦੋਸਤ ਰਾਤ ਕਿਹਾ ਉਹਨੇ ਐਵੇਂ ਝੂਠ ਹੈ ਜੀ ਮਾਸ਼ਾਅੱਲਾ ਜੀ। ਜੀ ਠੀਕ ਹੈ ਜੀ, ਠੀਕ ਹੋ, ਅੱਲਾ ਦੇ ਹੁਕਮ ਵਿੱਚ ਚੰਗੀ ਤਸੱਲੀ 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 ਨਾਲ ਹੋ ਜਾਏਗਾ। ਲਓ ਜੀ, ਇਹ ਝੂਠੀ ਹੋ ਗਈ, ਦਿਖਾਓ ਜੀ। ਲਓ ਜੀ, ਜੋਤੀ ਨੰਬਰ 2 ਜੀ, ਆਹਦਾ ਮੋਬਾਈਲ ਕਿਸੇ ਨੂੰ ਪਕੜਾ ਦਿਓ, ਚੱਸ ਨਹੀਂ ਆਦੀ ਵੀਡੀਓ ਬਣਾ ਦਿਓ ਮੈਂ। ਲਓ ਜੀ, ਹਾਂ ਖਵਾ ਦੇ, ਆਹ ਹਾਤੀ ਜੀ, ਅਬ ਹਾਤੀ ਹੈ, ਓਕੇ ਹੋ ਗਿਆ ਜੀ। ਦੋਵੇਂ ਦੋਂਦੀਆਂ ਜੁਟੀਆਂ, ਦੋਵੇਂ ਦੋਂਦੀਆਂ ਜੀ ਮਾਸ਼ਾਅੱਲਾ ਜੀ। ਕਰ ਲਓ ਜੀ ਨਜ਼ਾਰੇ, ਅੱਜ ਤੁਹਾਨੂੰ ਇੱਕ ਇੱਕ ਜੋਟੀ ਦੇ ਸਲੀ ਮੈਂ ਨਜ਼ਾਰੇ ਕਰਾਉਂਗਾ। ਆਹ ਜੋਟੀ ਚੈੱਕ ਕਰਾਓ, ਜੋਟੀ ਨੰਬਰ 3 ਕਿਹੜੀ ਹੈ ਜੀ? ਆਹ ਵੇਖਾਂ। ਲਓ ਜੀ ਮਾਸ਼ਾਅੱਲਾ, ਮੂੰਹ ਚੋਕੀ ਚੋਕੀ ਮੂੰਹ ਚੋਕੀ ਮਾਸ਼ਾਅੱਲਾ ਜੀ, ਕੀ ਬਾਤ ਹੈ ਜੀ। ਅੱਜ ਸਾਡੇ ਭਰਾਵਾਂ ਨੂੰ ਬਦਰਾ ਨਜ਼ਰ ਆਈਆਂ ਨੇ ਕਿ ਨਹੀਂ? ਇੱਥੋਂ ਨਹੀਂ ਆਈਆਂ, ਤੁਸੀਂ ਸਰ ਚੈੱਕ ਕਰਾਓ। ਮੈਂ ਤੋਂ ਐਵੇਂ ਗੱਲ ਕਰਾਂ, ਇੱਧਰ ਲਓ ਅੰਕਲ ਜੀ, ਆਹ ਵੇਖੋ ਹੁਣ ਬਦਰਾ ਵੇਖੋ, ਹੈ ਚੱਸ ਆ ਗਈ ਖੱਲਾ ਵਿਆਹ ਮਾਸ਼ਾਅੱਲਾ ਮਾਸ਼ਾਅੱਲਾ। ਪੁੱਠਾ ਵੀ ਚੈੱਕ ਕਰੋ ਜੀ। ਓ ਭਾਈ ਆਖਿਲ ਸਾਹਿਬ, ਇੱਧਰ ਆਓ, ਕਿੱਥੇ ਭੱਜੇ ਜੀ ਸਾਰੇ? ਇਹਦਾ ਮਾਲ ਕਿੱਥੋਂ ਲਿਆਉਣਾ ਹੈ? ਮਾਲ ਸਾਹਿਬ ਜੀ, ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਨਾਲ ਲੱਭਦਾ ਇਹਦਾ ਮਾਲ। ਅੱਛਾ, ਐਵੇਂ ਨਹੀਂ ਲੱਭਦਾ? ਕਿਹੜੀ ਕਿਹੜੀ ਜੂ ਦਾ ਮਾਲ ਹੈ? ਇਹ ਸਾਡੇ ਕੋਲ ਚੁੱਕ ਆਉਂਦਾ ਆਰਫ ਵਾਲਾ। ਆਰਫ ਵਾਲਾ? ਹਾਂਜੀ। ਅੱਛਾ ਅੱਛਾ ਮਾਸ਼ਾਅੱਲਾ। ਇਹ ਉਹਦੇ ਲੁੱਡਣ ਮੰਡੀ ਤੋਂ ਜਾਵੀਦਾ, ਉੱਥੋਂ ਮਾਲ ਲੈ ਕੇ ਆਵੀਦਾ। ਹਾਂਜੀ, ਆਵਾਂ ਦੇ ਸ਼ੌਕ ਪੂਰੇ ਕਰੀਏ। ਕੀ ਬਾਤ ਹੈ ਜੀ ਮਾਸ਼ਾਅੱਲਾ ਜੀ, ਅੱਜ ਸਲੀਆਂ ਕਰੋ ਜੀ। ਅਗਲੀ ਜੋਟੀ ਬਹਾਓ, ਬੰਦੇ ਨੂੰ ਸੱਜਾਓ ਜੀ। ਬੰਦੇ ਤੁਹਾਡੇ ਕਿੱਥੇ ਨੇ? ਬੰਦੇ ਸਾਹਿਬ ਕੰਡੇ ਤੇ ਗਏ। ਅੱਛਾ, ਕੰਡੇ ਤੇ ਗਏ ਹੋਏ ਨੇ, ਨਾਲ ਨਾਲ ਜਲਦੀ ਜਲਦੀ ਵਿਖਾਈਓ ਮਾਸ਼ਾਅੱਲਾ। ਜਾਨਵਰ ਆਪਣੇ ਚੁੱਕੇ ਨੇ ਮਾਸ਼ਾਅੱਲਾ ਜੀ, ਆਹ ਚੈੱਕ ਕਰੋ ਜੀ ਮਾਸ਼ਾਅੱਲਾ। ਕੰਡੇ ਨਾਲ ਚੈੱਕ ਕਰਾਓ, ਸਾਡੇ ਚੈੱਕ ਕਰੋ ਜੀ, ਕੀ ਪੁੱਠਾ ਚੈੱਕ ਕਰਾਓ। ਲਓ ਜੀ ਪੁੱਠਾ ਚੈੱਕ ਕਰ ਲਓ ਜੀ, ਤਸੱਲੀ ਕਰੋ ਜੀ, ਰਿੰਗ ਲਾ ਲਓ
माशाल्लाह क्या कद काड वाली छोटी है माशाल्लाह जी। वजन दा अड़िया वजन 10 तो मान तो लेके 12 मान तक वजन दा जिन्ना 9 मान वाली भी बेच खलोतियां ने। अच्छा जिन्ना गुड़ पाणा उन्ना मीठा। अच्छा इन नाल लेके आ चुके ਜਿੰਨਾ ਗੁੜ ਪਾਣਾ ਉਹਨਾਂ ਹੀ ਮਿੱਠਾ ਹੋਣਾ ਜੇ ਇੱਕ ਕੋਈ ਇੱਕ ਲੰਮਦਾ ਚੰਗੀ ਛੁੱਟੀ ਲੈਂਦਾ ਹਾਂ ਤੇ ਉਹਦਾ ਵਜ਼ਨ ਉਹਦਾ ਚੰਗਾ ਹੀ ਨਿਕਲਣਾ ਉਹਦਾ ਚੰਗਾ ਹੀ ਨਿਕਲਣਾ ਇੱਕ ਲੈਣੀ ਅਗਲਾ ਕਿ ਥੋੜਿਆ ਪੈਸਾ ਦੇਵੇ ਤਾਂ ਉਹਦਾ ਵਜ਼ਨ ਵੀ ਤਾਂ 9 ਕੁ ਮਾਣੀ ਵਾਲਾ ਉਹ ਵੀ ਸੋਹਣੀ ਹੋਵੇ ਸੋਹਣੀ ਤਾਂ ਮੜ ਜਿਵੇਂ ਦੀ ਹੋਵੇ ਕਿ 9 ਮਾਣ ਦੀ ਮੜ ਜਿਵੇਂ ਦੀ ਲੱਭਣੀ ਹੈ ਹਾਂਜੀ ਲੇਕਿਨ ਇਹ ਕਿ ਜਿਹੜੀ ਚੰਗੀ ਛੁੱਟੀ ਲੈਣੀ ਹੈ ਨਾ ਦੇਖੋ ਨਾ ਇਹ ਛੁੱਟੀ ਹੈ ਨਾ ਹਾਂ ਮਾਸ਼ਾਅੱਲਾ ਚੈੱਕ ਕਰੋ ਜੀ ਮੱਥੇ ਦਾ ਕਰੋ ਮੂੰਹ ਜੀ ਨਿਕੇ ਚਲੀ ਕਰੋ ਜੀ ਮਾਸ਼ਾਅੱਲਾ ਰੀ ਨਾ ਲਾਲੋ ਜੀ ਆਹ ਵੇਖੋ ਆ ਜੋਟੀ ਦੀ ਬੋਤੀ ਚੈੱਕ ਕਰੋ ਕੱਦ ਬੋਤਲਾਂ ਚੈੱਕ ਕਰੋ ਕੱਦ ਚੈੱਕ ਕਰੋ ਜੀ ਨੀਵੀਂ ਜਾ ਖੜੀ ਮੈਂ ਉੱਚੀ ਜਾ ਖੜਾ ਜੀ ਇੱਕ ਮਿੰਟ ਮੈਂ ਚੈੱਕ ਕਰਾਂ ਹੰਸਲੀ ਨਾਲ ਕੱਲ ਨੂੰ ਤਿਆਰ ਹੋਣਾ ਤੇ ਪੈਸੇ ਇਹਨੇ ਵਟਾਉਣੇ ਨੇ ਕਿੰਨਾ ਵਟਾ ਜਾਏਗੀ ਅੱਲਾ ਦੇ ਹੁਕਮ ਨਾਲ ਲਾਸਟ ਟਾਈਮ ਜੋਟੀ ਦਾ ਜਿਹੜੀ ਹੈ ਨਾ ਤਿਆਰ ਜੋਟੀ ਹਾਂ 3.5 3.75 ਦੀ ਨਿਕਲ ਲਈ ਹੈ ਅੱਛਾ ਠੀਕ ਹੋ ਗਿਆ ਚੰਗੇ ਪੈਸੇ ਆ ਵੇਖੋ ਨਾ ਜੋਟੀਆਂ ਨੇ ਅਸੀਂ ਇਹਨਾਂ ਨੇ ਕਸੀ ਲੈਣੀ ਹੈ ਯਾਰ ਇੱਕ 20 ਦੀ ਇੱਕ 25 ਦੀ ਤੇ ਕੱਲ ਉਹਨੇ ਤਿਆਰ ਹੋ ਕੇ ਕਿੰਨੇ ਦੀ ਵਿਕੇਗੀ 2 ਦੀ ਮਸੇ ਤੇ ਜਿੰਨੇ ਲੈਣੀ ਆ ਜੀ ਇੱਕ 70-80 ਦੀ ਹੈ ਤੇ ਉਹਨੇ ਤਿਆਰ ਹੋਵੇ ਤਾਂ 3.5 ਦੀ ਵਿਕਾ ਚਾਹ ਦੇ ਨੇੜੇ ਅੱਪੜ ਜਾਂਦੇ ਹਾਂਜੀ ਬਾਈ ਅਗਾਂ ਮੱਝਾਂ ਮਹਿੰਗੀਆਂ ਹੁੰਦੀਆਂ ਪਈਆਂ ਨੇ ਮਹਿੰਗੀਆਂ ਹੁੰਦੀਆਂ ਆ ਵੇਖੋ ਨਾ ਚੰਗੀ ਪੈਸਾ ਰੋਟੀ ਲਾਣੀ ਤਾਂ ਪੈਸੇ ਵੀ ਚੰਗੇ ਬਟਾਉਣੇ ਪੈਣੇ ਮਾਸ਼ਾਅੱਲਾ ਜੀ ਆ ਵੇਖੋ ਕੀ ਬਾਤ ਹੈ ਜੀ ਵਾਕਈ ਆ ਵੇਖ ਬਦਰਾ ਵਾਕਈ ਆ ਜੁੱਤੀਆਂ ਲੱਭ ਕਿੱਥੋਂ ਲਿਆਣਾ ਹੈ ਜੀ ਬਦਰਾ ਜੁੱਤੀਆਂ ਪਾ ਦੀ ਫਰੀ ਦਾ ਤਲਬ ਦੀਆਂ ਨੇ ਕਿੰਨੇ ਬੰਦੇ ਰੱਖੇ ਹੋਏ ਬੰਦੇ ਮਾਸ਼ਾਅੱਲਾ ਕਾਫੀ ਬੰਦੇ ਨਹੀਂ ਭਰਾ ਹੀ ਨੇ ਆਪਣੇ ਅੱਛਾ ਭਰਾ ਨੇ ਅੱਛਾ ਕਰੋ ਜੀ ਮਾਸ਼ਾਅੱਲਾ ਕਿਆ ਨਾ ਇਧਰ ਟਰੋ ਨਾ ਥੋੜੇ ਅੱਗੇ ਇਕੱਠੀਆਂ ਟਰੋ ਮਾਸ਼ਾਅੱਲਾ ਚੈੱਕ ਕਰੋ ਮਾਸ਼ਾਅੱਲਾ ਇਧਰ ਚੈੱਕ ਕਰੋ ਜੀ ਕਿੰਨੇ ਕਿੰਨੇ ਮਹਿੰਗਾ ਬਣਾਣੇ ਆ ਇਹ ਜਿਹੜੀਆਂ ਦੋ ਮਹੀਨੇ 5-5 ਮਹੀਨੇ ਦੀ ਆ 6 ਮਹੀਨੇ ਦੀ ਹੈ ਅੱਛਾ ਆ 5 ਮਹੀਨੇ ਦੀ ਫਾ ਚੈੱਕ ਕਰੋ ਜੀ ਮਾਸ਼ਾਅੱਲਾ ਇਹ ਜੋਤੀ ਮਾਸ਼ਾਅੱਲਾ ਕਿਆ ਮਹੀਨੇ ਦੀ ਕਿਆ ਬਾਤ ਹੈ ਆ 4.5 ਮਹੀਨੇ ਦੀ ਆ 4.5 ਮਹੀਨੇ ਦੀ ਆ 4.5 ਮਹੀਨੇ ਦੀ ਲਓ ਜੀ ਇਹਨੇ ਕੋਈ 9 ਮਾਣੇ ਤੇ ਨਹੀਂ ਹੈਗੀ ਨਹੀਂ ਇਹਨਾਂ ਚ 9 ਮਾਣਾ ਨਹੀਂ ਇਹਨੇ ਨਹੀਂ ਹੈਗੀ ਮਾਸ਼ਾਅੱਲਾ 11 10 ਦੀਆਂ 11 ਨੇ 11.5 ਮਾਣੇ ਇਹ ਨਹੀਂ ਹਾਂਜੀ ਇਹ ਜੁੱਟੀਆਂ ਨੇ ਮਾਸ਼ਾਅੱਲਾ ਜੀ ਜਿਹੜੀਆਂ 9 ਮਾਣ ਵਾਲੀਆਂ ਨੇ ਆ 9.5 ਮਾਣ ਦੀ ਆ ਜੁੱਟੀ ਆ ਜੀ ਆ ਜੀ 9 ਰਾਏ ਚਲਾ ਕੇ ਆਪਣਾ ਨਾ ਅਕਾਊਂਟ ਨੰਬਰ ਦੇ ਯਾਰ ਮਾਸ਼ਾਅੱਲਾ ਜੀ ਅੱਛਾ ਕਰੋ ਜੀ 9.5 ਮਾਣਾ ਇਹ ਕਿੰਨੇ ਮਹੀਨੇ ਕਾ ਬਣੇ ਇਹ ਜੀ ਅਗੇ ਜੋ 3 ਮਹੀਨੇ ਦੀ ਮੂੰਹ ਕੀ ਹੈ ਭਾਈ ਬੁੱਟਾ ਅਕਾਊਂਟ ਨੰਬਰ ਤੇ ਹੋਵੇ ਜੀ ਆ ਚੌਕੀ ਹੋਵੇ ਜੀ ਮੂੰਹ ਤੁੰਦੀ ਹਾਂਜੀ ਇਹ ਬੜੀਆ ਅਸਰੀ ਵੀ ਹੈ ਚੈੱਕ ਕਰੋ ਜੀ ਮਾਸ਼ਾਅੱਲਾ ਅਬ ਇੱਕ ਨਹੀਂ ਵਹਾਂਦੇ ਯਾਰ ਰਹਿਣ ਦੇ ਮਾਸ਼ਾਅੱਲਾ ਜੀ ਬਹੁਤ ਜਾਨਵਰ ਐਸੇ ਹੁੰਦੇ ਨੇ ਜੀ ਅੱਗੇ ਚਲੇ ਜੀ ਉਸੇ ਮੱਲੇ ਚਲੀ ਉਧਰ ਲੈ ਚਲ ਉਧਰ ਹੀ ਮਾਸ਼ਾਅੱਲਾ ਜੀ ਲਓ ਜੀ ਆ ਚੈੱਕ ਕਰੋ ਬੂਰੀ ਜੋਰੀ ਆ ਪੱਲੇ ਮੱਲੇ ਚਲ ਪੱਲੇ ਚਲ ਤੇਰੇ ਕੋਲ ਤੇ ਬੋਲਣ ਨਹੀਂ ਜਾ ਰਿਹਾ ਆ ਚੈੱਕ ਕਰੋ ਮਾਸ਼ਾਅੱਲਾ ਜੀ ਆ ਚੈੱਕ ਕਰ ਲਓ ਆਹ ਇੱਥੇ ਦੋਵੇਂ ਟੋਰ ਆ ਜੀ ਆ ਨੀਲੀ ਦੇ ਬ੍ਰਾਂਡ ਹਾਂ ਕੀ ਬਾਤ ਹੈ ਜੀ ਤਸੱਲੀਆਂ ਕਰੋ ਜੀ 9.5-9.5 ਮੰਨਦੀ ਆ ਅੱਛਾ ਠੀਕ ਹੈ ਭਾਈ ਯਾਰ ਇਹ ਆਉਂਦਾ ਨਾ ਇੱਥੇ ਉਹਦੇ ਨਾਲ ਗੱਤ ਹੋਵੇ ਚੰਗਾ ਅੱਛਾ ਪੈਸੇ ਹੋਣ ਥੋੜੇ ਇਹ ਉਹਨਾਂ ਬ੍ਰਾਹਮਣ ਦੱਸੋ ਜੇ ਕੱਦ ਲੈਣਾ ਨਾ ਚੰਗਾ ਜਵਾਨ ਲੈਣੀ ਜੁੱਟੀ ਜੇ ਖੀਰੀ ਤੁੰਦੀ ਲੈਣੀ ਨਾ ਗੱਬੜ ਤੇ ਮੜ ਜਿਗਰਾ ਵੀ ਵੱਡਾ ਕਰਕੇ ਆਵਣ ਜਿਵੇਂ ਮਸ਼ਹੂਰੇ ਬਣਾ ਰਹੇ ਜਨ ਆ ਵੇਖੋ ਆ ਜੇ 10 ਮੰਨ ਦੀ ਜੁੱਟੀ ਲਓ ਜੀ ਮਾਸ਼ਾਅੱਲਾ ਜੀ ਆ ਵੀ 9.5 ਮੰਨ ਦੀ ਮਕਸਦ 4-5 ਛੁੱਟੀਆਂ ਜਾਈਆਂ ਹੋਣ ਜਾਣੇ ਆਪਣੇ ਕੋਲ ਲਓ ਜੀ ਇਹ ਵੀ 9.5 ਦੀ ਆ ਮਾਸ਼ਾਅੱਲਾ ਜੀ ਆ ਅੱਗੇ ਚੈੱਕ ਕਰਾਓ ਜੀ ਮਾਸ਼ਾਅੱਲਾ ਜਿਹਨੇ ਭਾਈਆਂ ਉਹ ਵਹਾ ਰਹੇ ਨੇ ਹੁਣ ਆ ਵੇਖੋ ਮਾਸ਼ਾਅੱਲਾ ਇਹ ਵੇਖੋ ਕੀ ਬਾਤ ਹੈ ਯਾਰ ਬੜੀਆਂ ਪਛਮ ਵਾਲੀਆਂ ਸੋਹਣੀਆਂ ਜੁੱਟੀਆਂ ਪੁੱਠਾ ਵੀ ਮਾਸ਼ਾਅੱਲਾ ਸੋਹਣਾ ਐਂ ਤਰ੍ਹਾਂ ਦੇ ਉੱਪਰਾਂ ਨੂੰ ਮਾਸ਼ਾਅੱਲਾ ਜੀ ਸਲੀਆਂ ਕਰੋ ਜੀ ਰਿੰਝਾ ਨਾ ਲਓ ਮਾਸ਼ਾਅੱਲਾ ਲੈ ਕੀ ਬਾਤ ਹੈ ਜੀ ਅੱਜ ਰਹਿ ਸਾਹਿਬ ਲਹਿਰ ਚ ਆ ਗਏ ਲਹਿਰ ਨੇ ਸਾਡਾ ਇੱਕ ਸ਼ੌਂਕ ਹੈ ਦਿਲੀ ਅੱਛਾ ਕਿ ਬ੍ਰਾਹਮਣ ਨੂੰ ਚੀਜ਼ ਚੰਗੀ ਵਿਖਾਵੀਏ ਚੰਗੀ ਮੈੜੀ ਚੀਜ਼ ਨਾ ਵਿਖਾਵੀਏ ਇਹ ਤੁਹਾਡਾ ਸ਼ੌਂਕ ਵਾਵਾ ਦੇਰ ਤੋਂ ਚੱਲਦਾ ਆ ਰਿਹਾ ਹੁਕਮ ਨਾਲ ਵਾਵਾ ਦੇਰ ਤੋਂ ਚੱਲਦਾ ਪਿਆ ਤਾਂ ਕੋਈ ਨਾਲ ਆਦਾ ਅੱਜ ਨਾਲ ਆਦਾ ਸ਼ੌਂਕ ਪੂਰਾ ਕਰੇ ਨਾ ਭਰਾਵਾਂ ਦਾ ਵੀ ਭਰਾਵਾਂ ਦਾ ਵੀ ਨਾਲ ਪੂਰਾ ਕਰੀਦਾ ਕੋਈ ਭਰਾ ਸਾਨੂੰ ਇਹ ਲੱਗ ਕੇ ਕਹਿੰਦੇ ਕੋਲ ਗਏ ਆ ਡੇਰੇ ਤੇ ਮਾਲ ਯਾਰ ਭੈੜਾ ਬੱਜਾ ਨਾ ਇਹ ਤੇ ਗੱਲ ਹੈ ਇਹ ਸਵਾਲ ਤਾਂ ਚੰਗੀ ਤੋਂ ਚੰਗੀ ਸ਼ਾਹ ਲਵੀ ਦੀ ਹੈ ਕਿ ਭਰਾ ਆਵਣ ਵੇਖਣ ਦੇ ਆਖਣ ਯਾਰ ਚੰਗਾ ਮਾਲ ਉੱਥੇ ਬੱਜਾ ਲੈਣੇ ਦੇਣੇ ਨਾ ਲੈਣੇ ਉਹ ਤਾਂ ਇੱਕ ਨਸੀਬ ਆਪਣੇ ਨੇ ਨਸੀਬ ਆਪਣੇ ਲੇਕਿਨ ਕੋਈ ਆਵੇ ਤੇ ਆਖੇ ਸਹੀ ਕੋਈ ਯਾਰ ਛੁੱਟੀਆਂ ਭੱਜੀਆਂ ਨੇ ਭੱਜੀਆਂ ਹੋਈਆਂ ਨੇ ਠੀਕ ਹੋ ਗਿਆ ਸਹੀ ਗੱਲ ਆ ਚੈੱਕ ਕਰੋ ਮਾਸ਼ਾਅੱਲਾ ਜੀ ਆ ਚੈੱਕ ਕਰੋ ਜੀ ਪਿਓਰ ਨੀਲੀ ਦਾ ਬ੍ਰਾਂਡ ਹੈ ਪਿਓਰ ਨੀਲੀ ਦਾ ਕਾਲਾ ਸ਼ਾਹ ਬ੍ਰਾਂਡ ਹੈ ਕਾਲਾ ਸ਼ਾਹ ਬ੍ਰਾਂਡ ਮਾਸ਼ਾਅੱਲਾ ਸਲੀਆਂ ਕਰ ਬਲੈਕ ਬ੍ਰਾਂਡ ਅੰਦਰ ਇੱਧਰ ਇੱਥੇ ਖੜੀ ਰਹਿ ਮੈਂ ਇੰਜ ਪਰਨ ਥੋੜਾ ਹੀ ਤੁਰਿਆ ਜੀ ਇੰਜ ਪਰਨ ਕਰੋ ਜੀ ਕਿਉਂਕਿ ਸੂਰਜ ਦੂਸਰੇ ਸਾਈਡ ਤੇ ਫਿਰ ਨੇਰਾ ਦਿਸ ਜੰਗ ਚੀਜ਼ ਆ ਚੈੱਕ ਕਰੋ ਜੀ ਮਾਸ਼ਾਅੱਲਾ ਇੱਥੇ ਚੱਲੋ ਆ ਵੇਖੋ ਜੀ ਵਧਰਾ ਵੇਖੋ ਮਾਸ਼ਾਅੱਲਾ ਇੰਨਾ ਵਧਰਾ ਨੇ ਫਿਰ ਅੱਛਾ ਜੀ ਰਜਾ ਕਰਮਾ ਆ ਗਈ ਇੱਥੇ ਥੱਲੇ ਲਾ ਕੈਮਰਾ ਲਾਉਣਾ ਜੀ ਇੱਕ ਮਿੰਟ
क्या बात है जी, मतलब गल करन दा जेड़ा सेल जांदा ना शुरू कर उन्हां ने वजन ऑटोमेटिक घट जांदा उंदी गारंटी नहीं है जांदे जाके पट्ठे ते ला दे हुण 8 दिनां बाद साडा वजन करा लवां मुड़ जो मर्जी कराई रखो ठीक होगा जी माशाल्लाह जी बड़ी खुशी है जी आ जेड़ी गावां खड़ियां ने जी जी 4-4 महीने दी गबणा 4-4 महीने दी गबणा ने 2 महीने दी गबणा ने किन्ने सुई सुई आईयां एक एक सुबह एक एक सुबह सुई हां जी अगर कोई दोस्त हजरात कहिंदा मजबूर तुहानू कर दिंदा क्या मुट्टे ना दियो क्यों वजह की यार मुट्टे ना खपड़ा ओ वड्डे भाईए कोल पुछ ले हां ना लाले जा ठीक होगा जी दोस्तों, अगर आपको हमारी वीडियो अच्छी लगी वीडियो को लाइक करें शेयर करें, मिलते हैं इस तरह के एक और नई वीडियो में, तब तक लिए अपने मेज़बान मुसैब बलोच को आज़ाद दीजिए, अल्लाह हाफिज़।